ਸਵਾਗਤ ਹੈ ਤੁਹਾਡਾ ਤੇ ਤੁਸੀਂ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ। ਮੈਂ ਹਾਂ ਸੁੱਖਾ ਖੇੜੀ ਵਾਲਾ, ਲਗਾਤਾਰ ਤੁਹਾਨੂੰ ਅਪਡੇਟ ਦੇ ਰਿਹਾ ਪਲ ਪਲ ਦੀ ਤਸਵੀਰਾਂ। ਤੁਹਾਨੂੰ ਸਿੰਘੂ ਬਾਰਡਰ ਦੀਆਂ ਤਾਜ਼ੀਆਂ ਦਿਖਾਵਾਂਗੇ, ਉਹ ਤਸਵੀਰਾਂ ਜੋ ਤੁਸੀਂ ਕਦੇ ਨਹੀਂ ਦੇਖੀਆਂ ਹੋਣੀਆਂ, ਨਾ ਹੀ ਕੁਝ ਅਜਿਹਾ ਸੁਣਿਆ ਹੋਏਗਾ। ਜੀ ਹਾਂ, ਤੁਹਾਨੂੰ ਦਿਖਾ ਰਹੇ ਹਾਂ ਦਿੱਲੀ ਦਾ ਬਾਰਡਰ ਏਰੀਆ। ਇਸ ਬਾਰਡਰ ਏਰੀਆ ਜੋ ਤਸਵੀਰਾਂ ਦੇਖ ਰਹੇ ਹੋ, ਇਸ ਤਰਫ ਦਿੱਲੀ ਪੁਲਿਸ ਅਤੇ ਰੈਪਿਡ ਪੁਲਿਸ ਤੁਸੀਂ ਦੇਖ ਸਕਦੇ ਹੋ, ਇਹ ਸਰਹੱਦ ਹੈ ਅਤੇ ਦੂਸਰੇ ਤਰਫ ਪੁਲਿਸ ਤੁਹਾਨੂੰ ਨਜ਼ਰ ਆ ਰਹੀ ਹੈ। ਤਸਵੀਰਾਂ ਨੇ ਸਿੰਘੂ ਬਾਰਡਰ ਦੀਆਂ, ਪਰ ਜੋ ਅਸਲ ਤਸਵੀਰ ਉਹ ਇਹ ਹੈ ਕਿ ਪੁਲਿਸ ਵੱਲੋਂ ਮਿਊਜ਼ਿਕ ਦਾ ਜਿਹੜਾ ਪੂਰਾ ਇੰਤਜ਼ਾਮ ਕੀਤਾ ਗਿਆ ਆ। ਹਾਲਾਂਕਿ ਇੱਧਰ ਸਰਵਣ ਸਿੰਘ ਪੰਧੇਰ ਦੀ ਸਟੇਜ ਤੋਂ ਜੋ ਲਗਾਤਾਰ ਬੁਲਾਰੇ ਨੇ ਉਹ ਬੋਲਦੇ ਨੇ, ਸਪੀਚ ਦੇ ਰਹੇ ਨੇ, ਪਰ ਉਹ ਸਪੀਚ ਨਾ ਮੁਲਾਜ਼ਮਾਂ ਦੇ ਨਾ ਰੈਪਿਡ ਪੁਲਿਸ ਅਧਿਕਾਰੀਆਂ ਦੇ ਕੰਨਾਂ ਤੱਕ, ਮੁਲਾਜ਼ਮਾਂ ਦੇ ਕੰਨਾਂ ਤੱਕ ਨਾ ਪਹੁੰਚੇ। ਇਸ ਨੂੰ ਲੈ ਕੇ ਪੁਲਿਸ ਨੇ ਇਸਦਾ ਹੱਲ ਲੱਭਿਆ। ਉਹ ਹੱਲ ਕੀ ਹੈ ਕਿ ਆਪਣੇ ਤਰਫ ਇੱਕ ਜ਼ੋਰਦਾਰ ਡੀਜ਼ੇ ਲਗਾ ਦਿੱਤਾ ਗਿਆ, ਉੱਚੀ ਆਵਾਜ਼ ਦੇ ਵਿੱਚ ਮਿਊਜ਼ਿਕ ਸਿਸਟਮ ਚਲਾ ਦਿੱਤਾ ਗਿਆ ਤਾਂ ਜੋ ਉਹਨਾਂ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਕੰਨਾਂ ਤੱਕ ਇਹ ਆਵਾਜ਼ ਨਾ ਪਹੁੰਚ ਸਕੇ। ਦੱਸ ਦਈਏ ਕਿ ਜਦੋਂ ਤੱਕ ਇਹ ਸਟੇਜ ਚੱਲਦੀ ਹੈ, ਸਟੇਜ ਦਾ ਇਹ ਸਪੀਕਰ ਚੱਲਦਾ ਹੈ, ਉਦੋਂ ਤੱਕ ਇਹ ਜਿਹੜਾ ਮਿਊਜ਼ਿਕ ਸਿਸਟਮ ਹੈ ਉਹ ਉਸੇ ਉੱਚੀ ਆਵਾਜ਼ ਦੇ ਵਿੱਚ ਚੱਲਦਾ ਆ। ਹਾਲਾਂਕਿ ਇਹ ਸਭ ਕੁਝ ਵੇਖ ਕੇ ਲੋਕ ਹੈਰਾਨ ਨੇ, ਕਿਉਂਕਿ ਅੱਜ ਤੱਕ ਕਿਸੇ ਵੀ ਅੰਦੋਲਨ ਦੇ ਵਿੱਚ ਅਜਿਹਾ ਨਹੀਂ ਹੋਇਆ ਹੋਏਗਾ ਕਿ ਇੱਕ ਪਾਸੇ ਕਿਸਾਨ ਅੰਦੋਲਨ ਕਰ ਰਹੇ ਨੇ, ਆਪਣੀ ਆਵਾਜ਼ ਰੱਖ ਆਪਣੀ ਗੱਲ ਰੱਖ ਰਹੇ ਨੇ ਸਪੀਕਰ ਦੇ ਦੁਆਰਾ ਆਮ ਆਵਾਮ ਤੱਕ, ਅਤੇ ਦੂਸਰੀ ਤਰਫ ਜਿਹੜੇ ਪੁਲਿਸ ਆ ਉਹ ਵੀ ਕਿਤੇ ਨਾ ਕਿਤੇ ਉਸਦਾ ਮੁਕਾਬਲਾ ਕਰਦੇ ਹੋਏ ਆਵਾਜ਼ ਕੰਨਾਂ ਤੱਕ ਨਾ ਪਹੁੰਚੇ ਮੁਲਾਜ਼ਮਾਂ ਦੇ, ਉਹ ਆਪਣਾ ਸਿਸਟਮ ਲਗਾ ਰਹੇ ਨੇ, ਮਿਊਜ਼ਿਕ ਸਿਸਟਮ ਉੱਚੀ ਆਵਾਜ਼ ਚੱਲ ਰਿਹਾ। ਪਰ ਦੱਸ ਦਈਏ ਕਿ ਲਗਾਤਾਰ ਇਹ ਕਈ ਦਿਨਾਂ ਤੋਂ ਅਜਿਹਾ ਹੀ ਚੱਲ ਰਿਹਾ। ਤੁਹਾਨੂੰ ਕੱਲ੍ਹ ਵੀ ਤਸਵੀਰਾਂ ਦਿਖਾਈਆਂ ਸੀ, ਬਾਰ ਬਾਰ ਜਿਹੜੇ ਜਥੇਬੰਦੀਆਂ ਦੇ ਆਗੂ ਨੇ, ਚਾਹੇ ਸਰਵਣ ਸਿੰਘ ਪੰਧੇਰ ਹੋਣ, ਹੋਰ ਲੋਕ ਹੋਣ, ਉਹ ਸਾਰੇ ਇਸ ਚੀਜ਼ ਨੂੰ ਲੈ ਕੇ ਇਹਦਾ ਵਿਰੋਧ ਕਰ ਚੁੱਕੇ ਨੇ, ਪਰ ਹਾਲੇ ਤੱਕ ਇਹ ਬੰਦ ਨਹੀਂ ਹੋਇਆ। ਸਾਡੇ ਨਾਲ ਕੁਝ ਲੋਕ ਨੇ ਗੱਲਬਾਤ ਕਰਾਂਗੇ ਕਿ ਕੀ ਨਾਂ ਤੁਹਾਡਾ? ਮੇਰਾ ਨਾਂ ਰਾਣਾ ਰਣਵੀਰ ਸਿੰਘ, ਜ਼ਿਲ੍ਹਾ ਫਿਰੋਜ਼ਪੁਰ ਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸਕੱਤਰ। ਭਾਜੀ, ਆਖਿਰਕਾਰ ਇਹ ਦੱਸੋ ਪਹਿਲਾਂ ਤਾਂ ਕਿ ਇਹ ਜਿਹੜਾ ਮਿਊਜ਼ਿਕ ਸਿਸਟਮ ਇੱਧਰ ਦਾ ਸਟੇਜ ਦਾ ਚੱਲਦਾ, ਕਿਸਾਨਾਂ ਦਾ ਚੱਲਦਾ, ਇੱਧਰ ਕਿਹਦਾ ਜਿਹੜਾ ਸਿਸਟਮ ਚੱਲ ਰਿਹਾ, ਗਾਣੇ ਗੁਣੇ ਚੱਲ? ਦੇਖੋ, ਇਹ ਸਰਕਾਰ ਨੇ ਜਿਹੜਾ ਸਪੈਸ਼ਲ ਵਿਸ਼ੇਸ਼ ਤੌਰ 'ਤੇ ਜਿਹੜਾ ਵਾ ਇਹ ਤਾਂ ਪੁਲਿਸ ਕਰਮੀ ਆ, ਇਹਨਾਂ ਦੇ ਲਾ ਕੇ ਡੀਜੇ 28 ਤਰੀਕ ਤੋਂ ਲਗਾਤਾਰ ਹੀ ਰੋਜ਼ਾਨਾ ਜਿਹੜਾ ਉੱਚੀ ਆਵਾਜ਼ ਦੇ ਵਿੱਚ ਕਰਕੇ ਲਾਇਆ ਜਾਂਦਾ। ਕਈ ਵਾਰ ਤਾਂ ਇਹ ਵੀ ਆ ਵੀ ਇੱਥੇ ਜਿਹੜੇ ਇਹਨਾਂ ਦੇ ਡੀਜੇ 'ਤੇ ਇਹਨਾਂ ਦੇ ਗਾਣੇ ਚੱਲਦੇ ਆ ਉਹ ਨਾ ਸੁਣਨ ਯੋਗ ਹੁੰਦੇ ਆ, ਮਤਲਬ ਉੱਥੇ ਲੜਕੀਆਂ ਜਾਂ ਸਾਡੀਆਂ ਬੀਬੀਆਂ ਭੈਣਾਂ ਜਿਹੜੀਆਂ ਉਹਨਾਂ ਦੇ ਸੁਣਨ ਯੋਗ ਵੀ ਨਹੀਂ ਹੁੰਦੇ ਜਿਹੜੇ ਇੱਥੇ ਸੁਣਾਏ ਜਾਂਦੇ ਆ। ਅਤੇ ਫਿਰ ਵਿਰੋਧ ਇਹਦਾ ਕੀਤਾ ਹੋਏਗਾ? ਦੇਖੋ, ਵਿਰੋਧ ਇਹਨਾਂ ਨੂੰ ਰੋਜ਼ਾਨਾ ਇਹਨਾਂ ਨੂੰ ਕਹੀਦਾ ਵੀ ਇਹ ਇਸ ਤਰ੍ਹਾਂ ਦੇ ਗਾਣੇ ਜਿਹੜੇ ਤੁਸੀਂ ਨਾ ਚਲਾਓ, ਵੀ ਇਹਨਾਂ ਨੂੰ ਬੰਦ ਕਰੋ, ਪਰ ਅਜੇ ਤੱਕ ਜਿਹੜਾ ਇੱਥੋਂ ਦਾ ਜਿਹੜਾ ਇਹ ਸਰਕਾਰ ਆ ਜਿਹੜੇ ਪ੍ਰਸ਼ਾਸਨ ਆ ਉਹ ਜਮ੍ਹਾਂ ਵੀ ਇਸ ਵਾਲਾ ਗੱਲਬਾਤ ਨਹੀਂ ਧਿਆਨ ਦੇ ਰਹੀ, ਸਗੋਂ ਰੋਜ਼ਾਨਾ ਆਵਾਜ਼ ਹੋਰ ਤੇਜ਼ ਕਰ ਦਿੱਤੀ ਜਾਂਦੀ ਆ। ਕਾਰਨ ਕੀ ਆ? ਹਾਲਾਂਕਿ ਹੁਣ ਤੋਂ ਚਲੋ ਦੇਸ਼ ਭਗਤੀ ਦੇ ਗਾਣੇ ਚੱਲ ਰਹੇ ਨੇ ਜੋ ਅਸੀਂ ਸੁਣ ਰਹੇ ਹਾਂ, ਪਰ ਆਖਿਰਕਾਰ ਕਾਰਨ ਕੀ ਆ ਅਜਿਹਾ ਕਰਨ ਦੇ? ਇੱਧਰ ਤਾਂ ਚਲੋ ਮਜਬੂਰੀ ਆ, ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਕਿਤੇ ਨਾ ਕਿਤੇ ਆਪਣੀ ਆਵਾਜ਼ ਇੱਕ ਦੂਸਰੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਇੱਧਰ ਕੀ ਇਹ ਮਤਲਬ ਕੀ ਹੋ ਰਿਹਾ? ਅਸਲ ਵਿੱਚ ਕਾਰਨ ਇਹ ਆ ਵੀ ਇਹ ਜਿਹੜੇ ਜਵਾਨ ਆ ਜਿਹੜੇ ਪੁਲਿਸ ਦੇ ਵਿੱਚ ਆ ਜਾਂ ਅਰਧ ਸੈਨਿਕ ਬਲ ਆ ਜੋ ਵੀ ਇੱਥੇ ਹੈਗੇ ਆ ਜਿਹੜੇ ਡਿਊਟੀ ਨਿਭਾ ਰਹੇ ਆ, ਉਹ ਕਿਤੇ ਨਾ ਕਿਤੇ ਜਿਹੜੇ ਆ ਉਹ 99% ਆ ਜਿਹੜੇ ਕਿਸਾਨਾਂ ਦੇ ਵੋਟੀ ਆ। ਅਤੇ ਲੰਬੇ ਸਮੇਂ ਤੋਂ ਜਿਹੜਾ ਦਿੱਲੀ ਦੇ ਵਿੱਚ ਕਿਸਾਨ ਜਿਹੜਾ ਇੱਥੇ ਆ ਪੂਰੇ ਦੇਸ਼ ਦਾ ਜਿਹੜਾ ਉਹ ਡਟਿਆ ਹੋਇਆ ਮੋਰਚੇ ਦੇ ਵਿੱਚ, ਉਹ ਠੰਡ ਦੇ ਵਿੱਚ ਵੀ ਉਹ ਮੀਂਹ ਦੇ ਵਿੱਚ ਵੀ ਉਹ ਜਿਹੜੀ ਆ ਸਟੇਜ ਤੋਂ ਜਿਹੜੀ ਆ ਇਹਨਾਂ ਦਾ ਇਹ ਆ ਵੀ ਉਹ ਕਿਸਾਨਾਂ ਦੇ ਪੁੱਤ ਜਿਹੜੇ ਆ ਜਵਾਨ ਆ ਉਹਨਾਂ ਦੇ ਤੱਕ ਉਹਨਾਂ ਦਾ ਦਰਦ ਨਾ ਪਹੁੰਚ ਜਾਵੇ, ਵੀ ਪਹੁੰਚ ਸਕੇ ਸਪੀਕਰ, ਉਹਨਾਂ ਦੇ ਸਪੀਕਰ ਦੇ ਵਿੱਚ ਆਵਾਜ਼ ਨਾ ਪਹੁੰਚ ਸਕੇ, ਅਤੇ ਇੱਧਰੋਂ ਉੱਚੀ ਆਵਾਜ਼ ਦੇ ਕਰਕੇ ਤਾਂ ਕਿ ਜਿਹੜਾ ਇਹਨਾਂ ਦੇ ਵਿੱਚ ਇੱਕ ਜਿਸ ਤਰ੍ਹਾਂ ਦਾ ਮਤਲਬ ਗੋਦੀ ਮੀਡੀਆ ਨਫ਼ਰਤ ਫੈਲਾ ਰਿਹਾ ਜਿਵੇਂ 26 ਵਾਲੀ ਘਟਨਾ ਨੂੰ ਲੈ ਕੇ ਸੀਗਾ, ਉਸ ਤੋਂ ਬਾਅਦ ਆ ਵੀ ਉਹ ਲਗਾਤਾਰ ਹੀ ਇਹ ਨਫ਼ਰਤ ਫੈਲਾ ਰਿਹਾ। ਉਸੇ ਤਰੀਕੇ ਨਾਲ ਹੀ ਇਹ ਡੀਜੇ ਲਾਉਣ ਦਾ ਕਾਰਨ ਇਹ ਆ ਵੀ ਇਹਨਾਂ ਦੀ ਕਿਸਾਨਾਂ ਦੀ ਅਤੇ ਨੌ ਜਿਹੜੇ ਆ ਜਵਾਨ ਆ ਹਾਂ ਵੀ ਇਹਨਾਂ ਦਾ ਤਾਲਮੇਲ ਨਾ ਹੋ ਸਕੇ ਅਤੇ ਇੱਕ ਇਹਨਾਂ ਦੇ ਆਪਸ ਵਿੱਚ ਦੀ ਨਫ਼ਰਤ ਬਣੀ ਰਹੇ। ਇਹ ਨਫ਼ਰਤ ਫੈਲਾਉਣ ਦਾ ਤਰੀਕਾ ਇਹ ਜਿਵੇਂ ਪਹਿਲਾਂ ਇਹ ਹੱਥ ਖੱਡੇ ਬਣਾਉਂਦੇ ਰਹੇ ਆ ਪਾੜੋ ਅਤੇ ਰਾਜ ਕਰੋ ਦੀ ਨੀਤੀ ਗੋਰਿਆਂ ਵਾਲੀ, ਮੰਦਰਾਂ ਦੇ ਵਿੱਚ ਜਾਂ ਗਊਆਂ ਦੇ ਸਿਰ ਵਢਾ ਕੇ ਸਿੱਟ ਦਿੰਦੇ, ਗੁਰਦੁਆਰਿਆਂ ਦੇ ਵਿੱਚ ਸਿਰਗਟ ਪੀੜੀ, ਇਸੇ ਤਰ੍ਹਾਂ ਸੂਰ ਦਾ ਮਾਸ ਆਪਣੇ ਮਸਜਿਦਾਂ ਦੇ ਵਿੱਚ ਸਿੱਟ ਦੇਣਾ ਤਾਂ ਕਿ ਆਪਸ ਦੀ ਸਾਰੀਆਂ ਕੌਮਾਂ ਲੜੀ ਜਾਣ। ਹੁਣ ਵੀ ਇੱਕ ਇਹੋ ਜਿਹੀ ਚਾਲ ਆ ਜਿਹੜੀਆਂ ਦੂਜੀਆਂ ਚਾਲਾਂ ਜਿਹੜੀਆਂ ਇਹਨਾਂ ਦੀਆਂ ਬਖਲਾਟ ਦੇ ਵਿੱਚ ਆਈ ਸਰਕਾਰ ਦੀਆਂ ਫੇਲ ਹੋ ਗਈਆਂ, ਹੁਣ ਇਹਨਾਂ ਦਾ ਵੀ ਜਵਾਨਾਂ ਅਤੇ ਕਿਸਾਨਾਂ ਦੇ ਜਿਹੜੇ ਆ ਕਿਸਾਨਾਂ ਦੇ ਪੁੱਤ ਜਵਾਨ ਆ ਉਹਨਾਂ ਦਾ ਆਪਸ ਵਿੱਚ ਨਫ਼ਰਤ ਬਣੀ ਰਹੇ।
ਮਤਲਬ ਜਿਹੜਾ ਨਾਰਾ ਲਗਾਇਆ ਜਾਂਦਾ ਜੈ ਜਵਾਨ ਜੈ ਕਿਸਾਨ ਉਹ ਕਿਤੇ ਸਫਲ ਨਾ ਹੋ ਜਾਵੇ? ਹਾਂ ਬਿਲਕੁਲ ਬਿਲਕੁਲ, ਉਹ ਕਿਤੇ ਸਫਲ ਨਾ ਹੋ ਜਾਵੇ। ਇਹਨਾਂ ਨੂੰ ਇਹ ਵੀ ਡਰ ਆ ਕਿ ਕਿਸਾਨਾਂ ਦੇ ਪੁੱਤ ਆ, ਕਿਤੇ ਇਹ ਇੱਥੇ ਇਹਨਾਂ ਦੇ ਆਪਸ ਵਿੱਚ ਕੋਈ ਇਹਨਾਂ ਦਾ ਤਾਲਮੇਲ ਨਾ ਬੈਠੇ, ਜਿਵੇਂ ਅੱਗੇ ਆ ਜਾਂਦੇ ਸੀ ਲੰਗਰ ਪ੍ਰਸ਼ਾਦਾ ਛਕਦੇ ਸੀਗੇ, ਹੁਣ ਇਹਨਾਂ ਦਾ ਇਹ ਆ ਵੀ ਇਹਨਾਂ ਦੇ ਵਿੱਚ ਨਫ਼ਰਤ ਬਣੀ ਰਹੇ, ਤਾਂ ਕਿ ਕੱਲ੍ਹ ਨੂੰ ਜੇ ਕੋਈ ਇਹੋ ਜਿਹੀ ਹਰਕਤ ਇਹ ਸਰਕਾਰ ਕਰਦੀ ਆ ਅਤੇ ਜਿਹੜੇ ਜਵਾਨ ਆ ਉਹ ਪੂਰੀ ਤਨਦੇਹੀ ਨਾਲ ਇਹਨਾਂ ਦਾ ਜਿਹੜਾ ਉਹ ਹੁਕਮ ਮੰਨਣ ਸਰਕਾਰ ਦਾ। ਕਿਉਂਕਿ ਪਹਿਲਾਂ ਕਈ ਵੀਡੀਓ ਵੀ ਆਪਣੇ ਦਰਸ਼ਕਾਂ ਦਾ ਸੀ, ਵੀਡੀਓ ਵਾਇਰਲ ਹੋਈਆਂ ਜਿਹੜੇ ਪੁਲਿਸ ਕਰਮੀ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਆਹਦਾ ਨਾਰਾ ਮਾਰਦੇ ਨਜ਼ਰ ਆ ਰਹੇ ਤੇ ਪੁਲਿਸ ਕਰਮੀ ਵੀ ਅਸੀਂ ਅੰਦੋਲਨ ਦੇ ਖਿਲਾਫ ਨਹੀਂ ਜਾ ਸਕਦੇ, ਲੱਗਦਾ ਕਿ ਉਹਨਾਂ ਨੂੰ ਚੀਜ਼ ਨੂੰ ਵੇਖਦੇ ਹੋਏ ਕਿਸ ਦੇਖੋ ਦੇਖੋ ਪਤਾ ਗੱਲ ਆ ਵੀ ਇਹ ਜਿਹੜੇ ਆ ਜਵਾਨ ਅਕਸਰ ਤਾਂ ਕਿਸਾਨਾਂ ਦੇ ਪੁੱਤ ਹੀ ਆ ਨਾ, ਉਹਨਾਂ ਨੇ ਆਪਦੇ ਜਿਹੜੇ ਆਪਦੇ ਪਿਓ ਦਾ ਆਪਦੇ ਦਾਦੇ ਦਾ ਦਰਦ ਜਿਹੜਾ ਕਿਸਾਨਾਂ ਨੇ ਆਪਣੇ ਖੇਤਾਂ ਦਾ ਉਹਨਾਂ ਨੇ ਹੰਡਾਇਆ, ਉਹਨਾਂ ਨੂੰ ਪਤਾ ਵੀ ਕਿਸਾਨ ਦਾ ਦਰਦ ਕੀ ਆ, ਸਾਡਾ ਦਰਦ ਕੀ ਆ। ਠੀਕ ਆ ਉਹ ਆਪਣੀ ਡਿਊਟੀ ਆ ਉਹਨਾਂ ਨੂੰ ਕਰਨੀ ਪੈਂਦੀ ਆ, ਪਰ ਉਹਨਾਂ ਦੇ ਦਿਲ ਦੇ ਵਿੱਚ ਤੜਪ ਤਾਂ ਹੈ ਨਾ, ਉਹਨਾਂ ਦੇ ਦਿਲ ਵਿੱਚ ਦਰਦ ਤਾਂ ਹੈ ਨਾ, ਇਹ ਇਹੀ ਕਾਰਨ ਆ ਵੀ ਉਹਨਾਂ ਦੇ ਦਿਲ ਦੇ ਵਿੱਚ ਉਹ ਦਰਦ ਦੀ ਥਾਂ 'ਤੇ ਨਫ਼ਰਤ ਪੈਦਾ ਕੀਤੀ ਜਾਵੇ। ਪਹਿਲਾਂ ਕਦੇ ਅੰਦੋਲਨ ਦੇ ਵਿੱਚ ਅਜਿਹਾ ਦੇਖਿਆ ਕਿ ਇਸ ਤਰਫ ਕਿਸਾਨੀ ਅੰਦੋਲਨ ਦਾ ਜਿਹੜਾ ਸਪੀਕਰ ਚੱਲਦਾ ਹੋਵੇ ਪਰ ਉੱਧਰ ਜਿਹੜੇ ਪੁਲਿਸ ਕਰਮੀ ਨੇ ਉਹ ਆਪਣਾ ਡੀਜੇ ਜਾਂ ਫਿਰ ਆਪਣਾ ਗਾਣੇ ਸੁਣਦੇ ਹੋ? ਨਹੀਂ ਨਹੀਂ, ਅੱਜ ਤੱਕ ਇਹੋ ਜਿਹਾ ਜਿਉਂ ਅੰਦੋਲਨ ਅਸੀਂ ਸ਼ੁਰੂ ਕਰ ਰਹੇ ਹਾਂ ਬੜੇ ਲੰਬੇ ਸਮੇਂ ਤੋਂ, 20 ਸਾਲ ਤੋਂ ਲਗਾਤਾਰ ਮੈਂ ਵੀ ਸੰਘਰਸ਼ ਦੇ ਵਿੱਚ ਅੰਦੋਲਨ ਕਰ ਰਿਹਾ, ਅੱਜ ਤੱਕ ਇਹੋ ਜਿਹੀ ਕਿਤੇ ਵੀ ਨਹੀਂ ਹੋਇਆ ਸੀ ਕਿ ਉਹ ਆਪਦਾ ਸਪੀਕਰ ਲਾ ਕੇ ਉਹਦੇ ਆਪੋਜਿਟ ਜਿਹੜਾ ਦੂਜੇ ਬੰਨੇ ਆਪਦੀ ਆਵਾਜ਼ ਉੱਚੀ ਕਰਕੇ ਇਹੋ ਜਿਹੇ ਅਸ਼ਲੀਲ ਗਾਣੇ ਆ ਜਿਹੜੇ ਉਹ ਪਰੋਸੇ ਜਾਣ ਅਤੇ ਇਹ ਆਪਸ ਵਿੱਚ ਜੋ ਹੈ ਨਫ਼ਰਤ ਦੇ ਬੀਜ ਬੀਜੇ ਜਾਣੇ। ਪਹਿਲੀ ਵਾਰ ਆ ਕਿ ਜਿਹੜੀ ਹੈ ਮੋਦੀ ਦੀ ਸਰਕਾਰ ਆ ਜਿਹੜੀ ਇਹ ਆ ਇਹ ਹਿੰਦੁਸਤਾਨ ਦੇ ਵਿੱਚ ਕੀ ਪੂਰੇ ਭਾਰਤ ਦੇ ਵਿੱਚ ਨਫ਼ਰਤ ਦੇ ਬੀਜ ਆ, ਚਾਹੇ ਉਹ ਪਹਿਲਾਂ ਆਪਣੇ ਬਾਬਰੀ ਮਸਜਿਦ ਦਾ ਮਸਲਾ ਹੋਵੇ ਜਾਂ ਹੋਰ ਕਿਸ ਤਰ੍ਹਾਂ ਦੇ ਮਤਲਬ ਧਾਰਮਿਕ ਉਹਨੂੰ ਫਿਰਕੂ ਧਾਰਮਿਕ ਰੰਗ 'ਤੇ ਦੇ ਕੇ ਪਾੜ ਕਰ ਰਹੀ। ਇੱਕ ਹੋਰ ਨੌਜਵਾਨ ਨੇ ਜਾਂਦੇ ਜਾਂਦੇ ਗੱਲਬਾਤ ਕਰ ਲੈਣਾ ਹੈ ਜੀ, ਕੀ ਲੱਗਦਾ ਕੀ ਆ, ਹਾਲਾਂਕਿ ਅਸੀਂ ਆਪਣੇ ਕੈਮਰੇ ਵਿੱਚ ਆਵਾਜ਼ ਘੱਟ ਸੁਣ ਪਾ ਰਹੇ ਹਾਂ ਪਰ ਸੂੰ ਕੰਨਾਂ ਦੇ ਵਿੱਚ ਆਵਾਜ਼ ਪੈ ਰਹੀ ਹੈ ਕਿ ਉੱਧਰੋਂ ਜਿਹੜੇ ਗਾਣੇ ਹਾਲਾਂਕਿ ਇਸ ਸਮੇਂ ਗਾਣੇ ਦੇਸ਼ ਭਗਤੀ ਦੇ ਗਾਣੇ ਚੱਲ ਰਹੇ ਨੇ, ਕੀ ਲੱਗਦਾ ਕਿ ਇਸ ਤਰ੍ਹਾਂ ਕਰਨ ਦੇ ਨਾਲ ਕੀ ਮਕਸਦ ਇਹਨਾਂ ਦਾ? ਇਹ ਵੇਖੋ ਜੀ, ਮਕਸਦ ਇਹੀ ਆ ਜੋ ਗੱਲਬਾਤ ਤੁਹਾਨੂੰ ਦੱਸੀ ਗਈ ਆ ਵੀ ਇੱਕ ਤਾਂ ਤਾਲਮੇਲ ਨਾ ਪਵੇ ਸਾਡਾ ਕਿਸਾਨ ਦੇ ਪੁੱਤਾਂ ਦਾ, ਜਿਹੜੇ ਨੌਜਵਾਨ ਨੇ ਜੈ ਜਵਾਨ ਜੈ ਕਿਸਾਨ ਦਾ ਨਾਰਾ ਉਹਨੂੰ ਫੇਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਅਤੇ ਦੂਸਰਾ ਅਸੀਂ ਬੁੱਧੀਜੀਵੀਆਂ ਤੋਂ ਸੁਣਿਆ ਵੀ ਕੋਈ ਦੇਸ਼ ਦਾ ਐਗਟੇਜੀ ਦੇ ਵਿੱਚ ਆਪਾਂ ਜੇ ਕੋਈ ਗਾਣਾ ਸੁਣਨਾ ਤਾਂ ਆਪ ਸੁਣ ਸਕਦੇ ਹਾਂ, ਦੂਸਰੇ ਨੂੰ ਪਰੇਸ਼ਾਨ ਨਹੀਂ ਕਰ ਸਕਦੇ। ਪਰ ਅਸੀਂ ਇਹ ਤੁਹਾਡੇ ਮੀਡੀਆ ਦੇ ਜ਼ਰੀਏ ਦੱਸਣਾ ਚਾਹੁੰਦੇ ਹਾਂ ਕਿ ਹੁਣ ਸਰਕਾਰ ਕੀ ਕਰ ਰਹੀ ਹੈ, ਹੁਣ ਸਰਕਾਰ ਕਿੱਥੇ ਸੁੱਤੀ ਪਈ ਆ। ਪ੍ਰਸ਼ਾਸਨ ਦੇ ਹੁੰਦਿਆਂ ਸਰਕਾਰ ਦੇ ਹੁੰਦਿਆਂ ਹੋਇਆਂ ਵੀ ਇੱਕ ਕੁਛ ਸ਼ਰਾਰਤੀ ਅਨਸਰ ਜਿਹੜੇ ਨੇ, ਜਿਹੜਾ ਕਿ ਸਰਕਾਰ ਸਾਡੇ ਪੁਲਿਸ ਕਰਮੀ ਨੇ ਜਾਂ ਕੁਝ ਆਮ ਬੰਦੇ ਨੇ, ਇਹ ਆਮ ਬੰਦੇ ਨੇ, ਇਹ ਸ਼ਰਾਰਤੀ ਅਨਸਰ ਨੇ ਜਿਹੜੇ ਕਿ ਲਿਆ ਕੇ ਇੱਥੇ ਟੰਟ ਲਾ ਕੇ ਡੀਜੇ ਲਾ ਕੇ ਅਤੇ ਸਾਰਾ ਦਿਨ ਇਸ ਤਰ੍ਹਾਂ ਦੇ ਜਿਹੜੇ ਸਾਡੇ ਇਸ ਅੰਦੋਲਨ ਦੇ ਵਿੱਚ ਸਾਡੀਆਂ ਸਤਿਕਾਰਯੋਗ ਮਾਤਾਵਾਂ ਬੀਬੀਆਂ ਭੈਣਾਂ ਵੀ ਬੈਠੀਆਂ ਨੇ। ਪੁਲਿਸ ਕਰਮੀ ਤਾਂ ਨਹੀਂ? ਨਹੀਂ, ਇਹ ਪੁਲਿਸ ਕਰਮੀ ਨੇ ਗੇ, ਉਹ ਸਾਡੇ ਭੈਣ ਭਰਾ ਨੇ ਸਾਰੇ, ਪਰ ਇਹ ਕੁਛ ਸ਼ਰਾਰਤੀ ਅਨਸਰ ਨੇ, ਇਹ ਕਿਸੇ ਵਿੰਗ ਦੇ ਹੋ ਸਕਦੇ ਨੇ। ਸਰਕਾਰ ਦੀ ਸ਼ਹਿ ਦੇ ਉੱਤੇ ਇਹਨਾਂ ਪ੍ਰਸ਼ਾਸਨ ਦੇ ਵਿੱਚ ਆਣ ਕੇ ਅਤੇ ਇਹ ਸਾਰਾ ਕੁਛ ਕਰ ਰਹੇ ਨੇ। ਪੁਲਿਸ ਨੂੰ ਰੋਕਣਾ ਚਾਹੀਦਾ, ਪਰ ਸਰਕਾਰ ਨੇ ਜਿਹੜਾ ਇਹ ਸਾਡੇ ਪੁਲਿਸ ਨੂੰ ਮਜਬੂਰ ਕੀਤਾ ਕਿ ਖਰੇ ਕੀ ਕਾਰਨ ਇਹਦਾ ਕਿ ਸਰਕਾਰ ਅੱਖਾਂ ਮੀਟ ਕੇ ਸੁੱਤੀ ਹੋਈ ਆ। ਜਿੱਥੇ ਆਪਾਂ ਪਿਛਲੇ ਲੰਮੇ ਸਮੇਂ ਤੋਂ ਕਾਨੂੰਨਾਂ ਦੀ ਗੱਲ ਕਰਦੇ ਹਾਂ ਵੀ ਜਦੋਂ ਸਾਰਾ ਸੰਸਾਰ ਇਹ ਚਾਹੁੰਦਾ ਵੀ ਇਹ ਕਾਨੂੰਨ ਜਿਹੜੇ ਸਾਨੂੰ ਨਹੀਂ ਮੰਨਦੇ, ਨਹੀਂ ਚਾਹੀਦੇ, ਇਹ ਰੱਦ ਹੋਣੇ ਚਾਹੀਦੇ ਆ, ਪਰ ਜਾਣ ਬੁੱਝ ਕੇ ਸਰਕਾਰ ਜਿਹੜੀ ਉਹਨਾਂ ਦੇ ਮੂੰਹ ਦੇ ਵਿੱਚ ਕਾਨੂੰਨ ਪਾ ਰਹੀ ਆ। ਉਸੇ ਤਰ੍ਹਾਂ ਇਹ ਵੀ ਇੱਕ ਉਸੇ ਹੀ ਦੂਜਾ ਮਰਾ ਸਿੱਟੇ ਦੀ ਇੱਕ ਕੜੀ ਆ ਕਿ ਜਾਣ ਬੁੱਝ ਕੇ ਜਿਹੜਾ ਸਾਡੇ ਇਸ ਅੰਦੋਲਨ ਦੇ ਬਿਲਕੁਲ ਨਜ਼ਦੀਕ ਲਿਆ ਕੇ ਇਸ ਤਰ੍ਹਾਂ ਦੀ ਜਿਹੜੀ ਹਰਕਤ ਕਰ ਰਹੀ ਆ। ਇਹਦਾਂ ਨਹੀਂ ਵੀ ਤੁਹਾਡੇ ਸਪੀਕਰਾਂ ਤੋਂ ਡਿਸਟਰਬ ਹੁੰਦੇ ਹੋਣ ਇਸ ਕਰਕੇ ਇਹਨਾਂ ਨੇ? ਨਹੀਂ ਜੀ, ਸਾਡੇ ਸਪੀਕਰਾਂ ਦੇ ਉੱਤੋਂ ਸਾਰਾ ਦਿਨ ਸੱਭਿਆਚਾਰਕ ਦੇਸ਼ ਭਗਤੀ ਦੀ ਗੱਲ ਚੱਲਦੀ ਆ ਅਤੇ ਆਪਣੇ ਹੱਕਾਂ ਦੀ ਗੱਲ ਚੱਲਦੀ ਆ, ਕਿਉਂਕਿ ਦੇਸ਼ ਦੇ ਐਕਟ ਦੇ ਵਿੱਚ ਹੈਗਾ ਵਾ ਕਿ ਅਸੀਂ ਆਪਣਾ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਪ੍ਰੋਟੈਸਟ ਉਹ ਕਰ ਸਕਦੇ ਹਾਂ। ਬਿਲਕੁਲ ਬਿਲਕੁਲ, ਤੁਹਾਨੂੰ ਜਿਹੜੇ ਅਸੀਂ ਕੁਛ ਉੱਧਰਲੀਆਂ ਕੁਛ ਗੱਲਾਂ ਸੁਣਾਈਆਂ, ਜਿਹੜੀ ਉੱਧਰ ਮਿਊਜ਼ਿਕ ਚੱਲ ਰਿਹਾ ਜਿਹਦੇ ਵਿੱਚ ਸਾਫ਼ ਤੌਰ 'ਤੇ ਜ਼ਾਹਿਰ ਜੀ ਆ ਕਿ ਇੱਧਰ ਕਿਸਾਨਾਂ ਦੇ ਸਪੀਕਰ ਚੱਲਦੇ ਜੋ ਆਪਣੀ ਗੱਲ ਕਿਸਾਨੀ ਅੰਦੋਲਨ ਦੇ ਜ਼ਰੀਏ ਰੱਖ ਰਹੇ ਨੇ, ਪਰ ਦੂਸਰੀ ਤਰਫ ਜਿਹੜੇ ਕੁਛ ਲੋਕ ਨੇ ਦਿੱਲੀ ਪੁਲਿਸ ਦੇ ਕੋਲ ਬੈਠੇ ਨੇ, ਦਿੱਲੀ ਪੁਲਿਸ ਤਾਂ ਨਹੀਂ ਕਹਿ ਸਕਦੇ ਪਰ ਦਿੱਲੀ ਪੁਲਿਸ ਦੇ ਕੋਲ ਜ਼ਰੂਰ ਬੈਠੇ ਨੇ ਕੁਛ ਸਿਵਲ ਬੰਦੇ ਨੇ, ਕੌਣ ਨੇ ਕੀ ਨੇ ਕਿਉਂ ਆਖਿਰਕਾਰ ਅਜਿਹਾ ਕੀਤਾ, ਹਾਲਾਂਕਿ ਦੇਸ਼ ਭਗਤੀ ਦੇ ਗਾਣੇ ਚੱਲਦੇ ਨੇ ਪਰ ਉੱਚੀ ਆਵਾਜ਼ 'ਚ ਨੇ, ਅਤੇ ਕਿਤੇ ਨਾ ਕਿਤੇ ਇਸੇ ਦੇ ਓਪੋਜਿਟ ਇਹ ਸਭ ਕੁਝ ਕੀਤਾ ਹੋਇਆ, ਕਿਉਂ ਕੀਤਾ ਹੈ, ਕੀ ਕਰਨਾ, ਇਹ ਆਖਿਰਕਾਰ ਗੱਲਬਾਤ ਤੋਂ ਦੌਰਾਨ ਪਤਾ ਚੱਲੇਗਾ। ਪਰ ਇਹਨਾਂ ਦਾ ਕਹਿਣਾ ਹੈ ਕਿਸਾਨ ਆਗੂਆਂ ਦਾ ਕਿ ਵਾਰ ਵਾਰ ਉਹਨਾਂ ਇਹ ਚੀਜ਼ ਲਈ ਕਿਹਾ ਕਿ ਇਹ ਜਿਹੜੇ ਗਾਣੇ ਨੇ ਮਿਊਜ਼ਿਕ ਸਿਸਟਮ ਉੱਚੀ ਆਵਾਜ਼ ਚੱਲਦਾ ਇਸ ਨੂੰ ਬੰਦ ਕੀਤਾ ਜਾਵੇ, ਪਰ ਦੱਸ ਦਈਏ ਕਿ ਉਹ ਬੰਦ ਨਹੀਂ ਕੀਤਾ ਜਾ ਰਿਹਾ ਬਲਕਿ ਰੋਜ਼ਾਨਾ ਦੀ ਤਰ੍ਹਾਂ ਹਰ ਰੋਜ਼ ਹੀ ਜਿਹੜਾ ਉਹ ਮਿਊਜ਼ਿਕ ਸਿਸਟਮ ਆ ਉੱਚੀ ਆਵਾਜ਼ 'ਚ ਲਗਾਇਆ ਜਾਂਦਾ ਹੈ। ਕੈਮਰਾਮੈਨ ਦਰਸ਼ੀ ਦੇ ਨਾਲ ਸਿੰਘੂ ਬਾਰਡਰ ਤੋਂ ਸੁੱਖਾ ਖੇੜੀ ਵਾਲਾ।